ਕਬੀਰ ਦਾ ਪਹਿਲਾ ਹਿੱਸਾ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੇ ਹਾਂ ਅਤੇ ਦੂਸਰਾ ਹਿੱਸਾ ਅਸੀਂ ਪੇਸ਼ ਕਰਨੇ ਹਾਂ। ਵਾਰਿਸ ਸ਼ਾਹ ਹੋਰਾਂ ਨੇ ਬੜੀ ਵੱਡੀ ਕਿਤਾਬ ਲਿਖੀ, ਸਾਰੇ ਸ਼ੇਰ ਤੁਹਾਡੀ ਖਿਦਮਤ ਵਿੱਚ ਪੇਸ਼ ਕਰਦੇ ਅਤੇ ਬੜੀ ਲੰਮੀ ਕਹਾਣੀ ਬਣ ਜਾਂਦੀ ਸੀ। ਇਸ ਵਕਤ ਅਸਾਂ ਕੋਸ਼ਿਸ਼ ਕੀਤੀ ਹੈ ਕਿ ਥੋੜ੍ਹਿਆਂ ਜਿਹਾਂ ਅਤੇ ਚੰਗੀਆਂ ਸੁਲੱਖਣੀਆਂ ਸ਼ੇਰਾਂ ਨੂੰ ਕੱਢ ਕੇ ਤੁਹਾਡੀ ਖਿਦਮਤ ਵਿੱਚ ਪੇਸ਼ ਕਰੀਏ। ਜਿਵੇਂ ਵਾਰਿਸ ਸ਼ਾਹ ਹੋਰਾਂ ਨੇ ਆਖਿਆ ਨਾ ਕਿ ਵਾਰਿਸ ਸ਼ਾਹ ਹਕੀਕਤ ਦੀ ਲੈਣ ਲੱਜ਼ਤ ਪਹਿਲਾਂ ਚੱਖ ਕੇ ਲੂਣ ਮਜਾਜ਼ੀਆਂ ਦਾ, ਅਸਾਂ ਕੋਸ਼ਿਸ਼ ਇਹ ਕੀਤੀ ਹੈ ਕਿ ਹਕੀਕਤ ਅਤੇ ਮਜਾਜ਼ ਦੋਵੇਂ ਤੁਹਾਡੇ ਸਾਹਮਣੇ ਪੇਸ਼ ਕਰ ਦਈਏ। ਹੁਣ ਗੱਲ ਇੱਥੋਂ ਸ਼ੁਰੂ ਕਰਨਾ ਵੀ ਰਾਂਝੇ ਦਾ ਹੀਰ ਨਾਲ ਅਤੇ ਹੀਰ ਦਾ ਰਾਂਝੇ ਨਾਲ ਇਸ਼ਕ ਹੋ ਗਿਆ। ਰਾਂਝਾ ਬੇਲੇ ਦੇ ਵਿੱਚ ਮੱਝੀਆਂ ਚਰਾਉਣ ਜਾਂਦਾ ਸੀ ਅਤੇ ਹੀਰ ਆਪਣੇ ਇਸ਼ਕ ਦੇ ਵਿੱਚ ਮੋਈ ਉਹਦੇ ਵਾਸਤੇ ਚੂਰੀ ਕੁੱਟ ਕੇ ਲੈ ਜਾਂਦੀ ਸੀ। ਉਹ ਚੂਰੀ ਕੁੱਟ ਕੇ ਜੇ ਜਾਂਦੀ ਸੀ ਤਾਂ ਉਹਨੂੰ ਕੋਈ ਹੋਸ਼ ਨਹੀਂ ਸੀ ਆਉਂਦੀ। ਇੱਥੋਂ ਮੈਂ ਤੁਹਾਨੂੰ ਕਿੱਸਾ ਸੁਣਾਉਣਾ। ਛੰਨਾ ਚੂਰੀ ਦਾ ਕੁੱਟ ਕੇ ਹੀਰ ਜੱਟੀ ਮੀਆਂ ਰਾਂਝੇ ਨੂੰ ਤੁਰਤ ਪਹੁੰਚਾਵਦੀ। ਕਰਕ ਕਸਮ ਸੁਗੰਧ ਦੇ ਕੋਲ ਸੱਚਾ ਮੁੜ ਕੇ ਕਰਾਂ ਦੇ ਵੱਲ ਆਉਂਦੀ ਸੀ। ਕੱਤਣ ਤੁੰਮਣ ਛੱਡਿਆ ਸਾਰਾ ਹੀਰ ਜੱਟੀ ਹਰ ਵਕਤ ਰੰਜੇਟੇ ਤੇ ਜਾਮਦੀ। ਸੀ ਲੋਈ ਸ਼ਰਮ ਦੀ ਲਾ ਕੇ ਸਣੇ ਸਈਆਂ ਨਾਲ ਸ਼ੋਕ ਦੇ ਗਲੇ ਲਗਾਉਂਦੀ ਸੀ। ਇਸ਼ਕ ਤੇ ਮੁਸ਼ਕ ਕਦੀ ਲੁਕਿਆ ਨਹੀਂ ਲੁਕਿਆ, ਇਹ ਗੱਲ ਸਾਰੇ ਚੰਗ ਦੇ ਵਿੱਚ ਨਸ਼ਰ ਹੋ ਗਈ ਤੇ ਚੰਗ ਦੀਆਂ ਔਰਤਾਂ ਨੇ ਤ੍ਰਿੰਗਣਾਂ ਵਿੱਚ ਬਹਿ ਕੇ ਵੀ ਹੀਰ ਤੇ ਰਾਂਝੇ ਦੇ ਇਸ਼ਕ ਦਾ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਹਰ ਹੱਟੀ ਤੇ ਹਰ ਗਲੀ ਦੇ ਵਿੱਚ ਹਰ ਸ਼ਖਸ ਦੀ ਜ਼ੁਬਾਨ ਤੇ ਹੀਰ ਤੇ ਰਾਂਝੇ ਦੇ ਇਸ਼ਕ ਦੀ ਗੱਲ ਸਾਰੇ ਚੰਗ ਦੇ ਵਿੱਚ ਫੈਲਣ ਲੱਗ ਪਈ। ਨਸ਼ਰ ਹੋਈ ਹੀਰ ਦੋਸਤੀ ਚਾਕ ਦੇ ਨਾਲ ਲਾਈ ਉਹ ਬੇਲੇ ਵੰਜਦੀ ਯਾਰ ਹਟਾਵਣੇ ਨੂੰ ਤੇ ਮੂੰਹ ਸ਼ਰਮ ਹਯਾ ਦੀ ਲੱਜ ਲਾਈ। ਕਰ ਆਮਦੀ ਰਾਂਝੇ ਤੂੰ ਵਿਦਾ ਹੋ ਕੇ ਮਾਖ ਦੀ ਕਰੇ ਹਯਾ ਕਾਈ ਹੋ ਕਈ ਮਾਂ ਸਮਝਾਵਦੀ ਕਿਉਂ ਚਾਕ ਦੇ ਨਾਲ ਤੂੰ ਪ੍ਰੀਤ ਲਾਈ ਆ ਡਾਰੀਏ ਚੰਚਲ ਹਾਰੀਏ ਨੀ ਸਿਰ ਸਾਡੜੇ ਵਿੱਚ ਤੈ ਖਾਕ ਪਾਈ ਵਾਰਸ ਸ਼ਾਹ ਪੂਰੀ ਨਾ ਪਈਆ
ਜਿੰਨਾ ਮਾਪਿਆਂ ਦੀ ਜਿੰਦ ਜਾਨ ਤਾਈ ਦਾ ਚਾਚਾ ਲੰਘਾ ਕੈਦੋ ਜਿਹੜੇ ਵੇਲੇ ਉਹਨੂੰ ਪਤਾ ਲੱਗਾ ਕਿ ਹੀਰ ਰਾਂਝੇ ਨਾਲ ਇਸ਼ਕ ਕਰਦੀ ਹੈ ਤੇ ਉਹਦੇ ਵਾਸਤੇ ਚੂਰੀਆਂ ਕੁੱਟ ਕੁੱਟ ਕੇ ਬੇਲੇ ਵਿੱਚ ਲਿਜਾਂਦੀ ਹੈ ਉਹ ਫਕੀਰ ਬਣ ਕੇ ਬੇਲੇ 'ਚ ਪਹੁੰਚ ਗਿਆ ਹੀਰ ਰਾਂਝੇ ਵਾਸਤੇ ਪਾਣੀ ਲੈਣ ਗਈ ਸੀ ਉਹ ਰਾਂਝੇ ਦੇ ਸਾਹਮਣੇ ਜਾ ਖਲੋਤਾ ਤੇ ਆਖਣ ਲੱਗਾ ਮੈਨੂੰ ਰੱਬ ਦੇ ਨਾਂ ਦੀ ਚੂਰੀ ਦੇ ਰਾਂਝੇ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਕੀਤਾ ਆਖਣ ਅੱਛਾ ਫਿਰ ਮੈਨੂੰ ਉਸ ਨਾਰ ਦੇ ਨਾਂ ਦੀ ਚੂਰੀ ਦੇ ਦੇ ਜਿਹੜੀ ਤੇਰੇ ਵਾਸਤੇ ਲੈ ਕੇ ਆਉਂਦੀ ਹੈ ਰਾਂਝੇ ਨੇ ਸਾਰੀ ਚੂਰੀ ਚੁੱਕ ਕੇ ਉਹਦੀ ਝੋਲੀ 'ਚ ਪਾ ਦਿੱਤੀ ਚੂਰੀ ਲੈ ਕੇ ਕੈਦੋ ਨੱਸਿਆ ਹੀਰ ਆਈ ਉਹਨੇ ਆਖਿਆ ਰਾਂਝਿਆ ਮੈਂ ਸਾਰੀ ਚੂਰੀ ਖਾ ਗਿਆ ਉਹਨੇ ਆਖਿਆ ਖਾਧੀ ਨਹੀਂ ਤੇਰੇ ਨਾਂ 'ਤੇ ਇੱਕ ਫਕੀਰ ਨੂੰ ਦੇ ਦਿੱਤੀ ਹੈ ਕਹਿੰਦੇ ਫਕੀਰ ਨੂੰ ਕਿਹੋ ਜਿਹਾ ਫਕੀਰ ਸੀ ਉਹਨੇ ਆਖਿਆ ਹੈ ਸੀ ਇੱਕ ਲੰਗਾ ਜਿਹਾ ਫਕੀਰ ਕਹਿੰਦੀ ਹਾਏ ਮੈਂ ਮਰ ਗਈ ਉਹ ਫਕੀਰ ਤਾਂ ਨਹੀਂ ਸੀ ਉਹ ਤਾਂ ਮੇਰਾ ਚਾਚਾ ਸੀ ਅਤੇ ਬੜਾ ਸ਼ੈਤਾਨ ਚਾਚਾ ਉਹ ਤਾਂ ਘਰ ਜਾ ਕੇ ਸਾਡੀਆਂ ਸਾਰੀਆਂ ਚੁਗਲੀਆਂ ਲਾਏਗਾ ਬੁਰਾ ਕੀਤਾ ਸਾਡਾ ਕੰਮ ਸੀ ਨਾਲ ਮੈਰਾਂ ਦੇ ਸਾਡੇ ਖੋਜ ਨੂੰ ਤੱਕ ਕੇ ਕਰੇ ਚੁਗਲੀ ਗੱਲਾਂ ਮੇਲ ਦਾ ਝੂਠੀਆਂ ਸੱਚੀਆਂ ਦੇ ਮਿਲੇ ਸਿਰਾਂ ਨੂੰ ਏ ਵਿਛੋੜ ਦਿੰਦਾ ਭੰਗ ਕੱਤਦਾ ਵਿੱਚ ਕੁੜਮਾਇਆਂ ਦੌਲਤ ਦੀਨ ਤੇ ਧਰਮੀ ਮਾਨ ਛੱਡੇ ਦੌਲਤ ਦੀਨ ਤੇ ਧਰਮੀ ਮਾਨ ਸਭੇ ਵਾਰਸ ਸ਼ਾਹ ਹੈ ਨਾਲ ਕਮਾਇਆ ਦੇ ਚਾਚਾ ਸੀ ਰਾਂਝਾ ਆਖਿਆ ਕਿ ਆਸ਼ਕਾਂ ਕੋਲ ਇਹੋ ਜਿਹੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਆਸ਼ਕ ਕਦੀ ਡਰਦੇ ਨਹੀਂ ਉਹ ਹਮੇਸ਼ਾ ਪੈਰ ਅੱਗੇ ਰੱਖਦੇ ਨੇ ਪਿਛਾਂ ਪੈਰ ਨਹੀਂ ਪਾਉਂਦੇ ਹੀਰੇ ਆਸ਼ਕ ਲੱਖ ਮਲਾਮਤਾਨੀ ਨਾਲ ਸਬਰ ਦੇ ਸ਼ੁਕਰੇ ਗੁਜ਼ਾਰਦੇ ਨੀ ਸਖੀ ਸਾਇਲਾਂ ਮੂਲ ਨਾ ਰੱਦ ਕਰਦੇ ਖੈਰ ਦੇਮ ਦੇ ਨਾਲ ਪਿਆਰ ਦੇ ਅੱਜ ਸੰਭਾਲ ਹੀਰੇ ਹੋਵੇਂ ਖਾਰ ਨਾ ਵਿੱਚ ਸੰਸਾਰ ਦੇ ਨੀ ਵਾਰਸ ਸ਼ਾਮਿਆਂ ਕੰਮ ਸੋਈ ਕਰੀਏ